ਪੰਜਾਬ ਸਰਕਾਰ ਦੇ ਵੱਲੋਂ ਐਨਆਰਆਈਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਸੁਲਝਾਉਣ ਕਰਨ ਦੇ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ 26 ਦਸੰਬਰ ਨੂੰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਨੇ ਉਹ ਪਿੰਡ ਰੋੜੇ ਪਹੁੰਚਦੇ ਨੇ, ਜਿੱਥੇ ਪਹੁੰਚ ਕੇ ਐਨਆਰਆਈ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਨੇ। ਇਸ ਦੇ ਤਹਿਤ ਇੱਕ ਐਨਆਰਆਈ ਪਰਿਵਾਰ ਜੋ ਕਿ ਯੂਕੇ ਦਾ ਰਹਿਣ ਵਾਲਾ, ਉਹਨਾਂ ਦੀ ਮੁਸ਼ਕਿਲ ਵੀ ਸਾਹਮਣੇ ਆਈ ਹੈ। ਜਿਵੇਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀੜਿਤ ਹਰਨਾਮ ਸਿੰਘ ਨੇ ਦੱਸਿਆ ਉਹਨਾਂ ਦੀ ਕਰੀਬ 17 ਏਕੜ ਜ਼ਮੀਨ ਤੇ ਕੁੱਝ ਲੋਕਾਂ ਦੇ ਵੱਲੋਂ ਕਬਜ਼ਾ ਕਰ ਲਿੱਤਾ ਗਿਆ ਹੈ ਤੇ ਉਹਨਾਂ ਦੇ ਵੱਲੋਂ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਪਰ ਫਿਰ ਵੀ ਪਹਿਲਾਂ ਰਹੀਆਂ ਸਰਕਾਰਾਂ ਦੇ ਵੱਲੋਂ ਉਹਨਾਂ ਦੀ ਮੁਸ਼ਕਿਲ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਤੇ ਉੱਤੇ ਹੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਹਨਾਂ ਨੂੰ ਉਹਨਾਂ ਦੀ ਮੁਸ਼ਕਿਲ ਹੱਲ ਕਰਵਾਉਣ ਦਾ ਭਰੋਸਾ ਦਿੰਦੇ ਆਏ। ਗੱਲਾਂ ਕਹੀਆਂ ਨੇ ਕਿ ਇਸ ਮਾਮਲੇ ਦੀ ਸਰਕਾਰ ਦੇ ਵੱਲੋਂ ਪੂਰੇ ਤਰੀਕੇ ਦੇ ਨਾਲ ਜਾਂਚ ਕੀਤੀ ਜਾਏਗੀ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ। ਤੇ ਇਸ ਮਾਮਲੇ ਦੇ ਵਿੱਚ ਪੀੜਿਤ ਪਰਿਵਾਰ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਮੋਗਾ ਜ਼ਿਲ੍ਹੇ ਦੇ ਸਬ ਡਿਵੀਜ਼ਨ ਬਾਘਾ ਪੁਰਾਣਾ ਦੇ ਬਹੁਤ ਵੱਡੇ ਪਿੰਡ ਰੋਡੇ ਦੇ ਵਿੱਚ ਤੁਸੀਂ ਖੜ੍ਹੇ ਹੋ। ਮੈਂ ਬਸ ਦੁਖਦ ਸਥਿਤੀ ਦੇ ਵਿੱਚ ਆਇਆ। ਮੇਰੇ ਮਨ ਨੂੰ 26 ਤਰੀਕ ਦਾ ਬਹੁਤ ਧੱਕਾ ਲੱਗਾ। 26 ਦਸੰਬਰ ਜਦੋਂ ਮੈਨੂੰ ਸ਼ਾਮ ਨੂੰ ਪਤਾ ਲੱਗਾ ਕਿ ਇਸੇ ਪਿੰਡ ਦਾ ਜਿਹੜਾ ਕੇਸ, ਜ਼ਮੀਨ ਦਾ ਜਿਹੜਾ ਕੇਸ, 17.5 ਏਕੜ ਜ਼ਮੀਨ ਸਰਦਾਰ ਅਰਜਨ ਸਿੰਘ ਜੀ, ਉਹਨਾਂ ਦੀ ਪਤਨੀ ਹਰਨਾਮ ਸਿੰਘ ਜੀ, ਉਹਨਾਂ ਦੀ ਪਤਨੀ ਜਸਪਾਲ ਕੌਰ ਜੀ, ਜਿਹੜੇ ਯੂਕੇ ਦੇ ਵਿੱਚ ਰਹਿੰਦੇ ਆ, ਔਰ ਉਹਨਾਂ ਦੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕਰ ਲਿਆ ਗਿਆ ਪੇਪਰ ਵਰਕ ਗਲਤ ਕਰਕੇ, ਸਰਕਾਰਾਂ ਦੀ ਨਲਾਇਕੀ ਕਰਕੇ, ਪਿਛਲੀ ਗੌਰਮੈਂਟ ਦੀ ਨਲਾਇਕੀ ਕਰਕੇ। ਸਰਦਾਰ ਹਰਨਾਮ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਆਪਣੀ ਜ਼ਮੀਨ ਦੇ ਹੋਕੇ ਦੇ ਵਿੱਚ ਤੁਸੀਂ ਅਤੇ ਅਸੀਂ ਸਭ ਜਾਣਦੇ ਹਾਂ ਕਿ ਜਿਹੜਾ ਕਿਸਾਨ ਹੁੰਦਾ ਉਹਦੀ ਆਪਣੀ ਜ਼ਮੀਨ ਨਾਲ ਕਿੰਨਾ ਪਿਆਰ ਹੁੰਦਾ, ਕਿ ਇਹ ਕੈਸੀ ਅਦਾਲਤ ਹੈ, ਕੈਸੀ ਵਕਾਲਤ ਹੈ, ਇਹ ਕੈਸੀ ਅਦਾਲਤ ਹੈ, ਕੈਸੀ ਵਕਾਲਤ ਹੈ ਇਨਸਾਫ ਲਈ, ਜਿਹੜਾ ਇੱਕ ਝੂਠਾ ਗਵਾਹ ਜਿਹੜਾ ਉਹ ਕਿੱਦਾਂ ਸਭ ਕੁਝ ਬਰਬਾਦ ਕਰ ਦਿੰਦਾ, ਉਹ ਸਰਕਾਰਾਂ ਕਿੱਦਾਂ ਜਿਹੜੀਆਂ ਸਰਕਾਰਾਂ ਦਾ ਪ੍ਰਬੰਧ ਜਿਹੜਾ ਉਹ ਕਿੱਦਾਂ ਲੋਕ ਇਨਸਾਫ ਲੈਣ ਲਈ ਤੜਫਦੇ ਆ, ਇਹ ਪੂਰੀ ਕਹਾਣੀ ਜਿਹੜੀ ਆ ਬਹੁਤ ਦਰਦਨਾਕ ਕਹਾਣੀ ਹੈ। ਇਹ ਪ੍ਰਵਾਸੀਆਂ ਦੀ ਕਹਾਣੀ ਹੈ। ਮੈਂ ਖੁਦ ਪ੍ਰਵਾਸੀ ਰਿਹਾ, 13 ਸਾਲ ਅਮਰੀਕਾ ਦਾ ਸਿਟੀਜ਼ਨ ਰਿਹਾ, ਮੇਰਾ ਪਰਿਵਾਰ ਕੈਲੀਫੋਰਨੀਆ ਦੇ ਵਿੱਚ ਹੈ। ਮੈਨੂੰ ਪਤਾ ਹੈ ਕਿ ਬਾਹਰਲੇ ਲੋਕਾਂ ਦੀਆਂ ਜਾਇਦਾਦਾਂ ਦੇ ਉੱਤੇ ਕਿੱਦਾਂ ਕਬਜ਼ੇ ਕੀਤੇ ਜਾ ਰਹੇ ਆ। ਸਰ, ਜਦੋਂ ਪਤਾ ਲੱਗਾ ਤਾਂ ਮੈਂ ਤੈਅ ਕੀਤਾ ਕਿ ਮੈਂ ਖੁਦ ਇਸ ਪਿੰਡ ਦੇ ਵਿੱਚ ਜਾਊਂਗਾ, ਉਹ ਜ਼ਮੀਨ ਦੇਖ ਕੇ ਆਊਂਗਾ। ਮੈਂ ਉਹ ਜ਼ਮੀਨ ਦੇਖ ਕੇ ਆਇਆ। ਸੱਚੀ ਗੱਲ ਹੈ, ਪਰਮਾਤਮਾ ਇੱਦਾਂ ਕਿਸੇ ਨਾਲ ਨਾ ਕਰੇ। ਮੇਰਾ ਕਾਲਜਾ ਖਿੱਚਿਆ ਗਿਆ ਕਿ ਸਰਕਾਰ ਕਿੱਥੇ ਸੀ, ਗੌਰਮੈਂਟ ਕਿੱਥੇ ਸੀ, ਕਿੱਥੇ ਸੀ ਕੈਪਟਨ ਅਮਰਿੰਦਰ ਸਿੰਘ, ਕਿੱਥੇ ਸੀ ਚਰਨਜੀਤ ਚੰਨੀ, ਔਰ ਢੇਸੀ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਫੋਨ 'ਤੇ ਗੱਲ ਕੀਤੀ, ਉਹਨਾਂ ਨੂੰ ਘੱਟੋ ਘੱਟ 1 ਦਰਜਨ ਵਾਰ ਈਮੇਲ ਕੀਤੀ ਕਿ ਕੈਪਟਨ ਸਾਹਿਬ ਤੁਹਾਡੇ ਰਾਜ ਦੇ ਵਿੱਚ ਦੇਖੋ ਕਿੱਡਾ ਵੱਡਾ ਧੱਕਾ ਹੋ ਰਿਹਾ, ਇੱਕ ਬਜ਼ੁਰਗ ਦੀ ਜ਼ਮੀਨ ਜਿਹੜੀ ਹੈ ਧੱਕੇ ਨਾਲ, ਗਲਤ ਪੇਪਰਾਂ ਦੇ ਨਾਲ ਬੰਦੇ ਨੇ ਆਪਣੇ ਨਾਲ ਕਰਾ ਲਈ ਹੈ। ਬੰਦਾ ਹੋਕੇ ਲੈ ਰਿਹਾ ਕਿ ਮੇਰੀ ਜ਼ਮੀਨ ਛੁਡਾਓ, ਦੋਵੇਂ ਜੀ ਹੋਕੇ ਲੈ ਰਹੇ। ਔਰ ਮੈਂ ਇਸੇ ਕਰਕੇ ਆਇਆ ਅਤੇ ਗਿਫਟ ਡੀਡ ਕਰਵਾ ਲਈ, ਉੱਥੇ ਉਹ ਰਲ ਗਏ ਸਾਰੇ ਜਿਹੜੇ ਸੀਗੇ, ਉਹ ਰਾਈਟਰ ਵੀ ਜਿਹੜਾ ਲਿਖਣ ਵਾਲਾ ਸੀਗਾ ਉਹ ਰਲ ਗਏ, ਇਹ ਅਨਪੜ੍ਹ ਸੀਗੇ, ਇਹਨਾਂ ਨੂੰ ਪਤਾ ਨਹੀਂ ਲੱਗਿਆ। ਇੰਤਕਾਲ ਵੀ ਕਰਾ ਲਿਆ, ਮਹੀਨੇ ਬਾਅਦ ਕਿਸੇ ਨੇ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਨਾਲ ਧੋਖਾ ਹੋ ਗਿਆ। ਫਿਰ ਉਹਨਾਂ ਨੇ ਮੈਨੂੰ ਕਿਹਾ ਅਤੇ SSP ਸਾਹਿਬ ਨੂੰ, DC ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਨੂੰ, NRI ਦੇ ਜਿਹੜੇ ਸੀਗੇ ਅਧਿਕਾਰੀ ਉਹਨਾਂ ਨੂੰ ਉਹਨਾਂ ਨੇ ਲਿਖਤੀ ਸ਼ਿਕਾਇਤਾਂ ਭੇਜੀਆਂ ਦੋਹਾਂ ਨੇ ਵੀ ਸਾਡੀ ਜਿਹੜੀ ਹੈ ਸਾਡੇ ਨਾਲ ਧੋਖਾ ਹੋ ਗਿਆ। ਅਤੇ ਮੇਰੇ ਕੋਲ ਮੁਖਤਿਆਰਨਾਮਾ ਆ ਗਿਆ, ਮੈਂ ਬਹੁਤ ਭੱਜ ਨੱਠ ਕਰਦਾ ਰਿਹਾ, ਪਰ ਮੈਂ ਅੱਜ ਕਿਉਂਕਿ ਮੰਤਰੀ ਸਾਹਿਬ ਖੜ੍ਹੇ ਨੇ NRI ਮਹਿਕਮੇ ਬਾਰੇ, ਅੱਜ ਤਾਂ ਹੋਰ ਗੱਲ ਹੋ ਗਈ, ਲੇਕਿਨ ਮੇਰਾ ਇਹ ਹੋ ਗਿਆ ਸੀ ਵੀ ਇਹਨਾਂ ਨੇ NRI ਜਿਹੜਾ ਮਹਿਕਮਾ ਇਹ ਕੁਛ ਨਹੀਂ ਕਰਦਾ। ਜੇ ਤਾਂ ਮੋਹਾਲੀ ਜਾਣਾ ਉਹਨਾਂ ਨੇ ਕਹਿਣਾ ਮੋਗੇ ਚਲੇ ਜਾਓ, ਮੋਗੇ ਆਉਣਾ ਉਹਨਾਂ ਨੇ ਕਹਿਣਾ ਜੀ ਮੋਹਾਲੀ ਤੋਂ ਲਿਆਓ, ਤਿੰਨ ਤਿੰਨ ਚਾਰ ਚਾਰ ਗੇੜੇ ਉਹ ਲਵਾਏ। ਉਹਨਾਂ ਨੂੰ ਵੀ ਮਿਲੇ ਜਾ ਕੇ, ਮੁੱਖ ਮੰਤਰੀ ਸਾਹਿਬ ਕੋਲ ਜਾ ਕੇ ਪਹੁੰਚ ਕੀਤੀ, ਉਹ ਕੋਈ OSD ਸੀ ਉਹਨਾਂ ਦੇ, ਉਹਨਾਂ ਨੇ ਕਿਹਾ ਉੱਥੇ ਜੀ MLA ਸਾਹਿਬ ਨੂੰ ਕਹਿਤਾ ਤੁਸੀਂ ਉੱਥੇ ਜਾਓ। ਇੱਥੇ ਦਰਸ਼ਨ ਸਿੰਘ ਬਰਾੜ MLA ਸੀ, ਉਹਨਾਂ ਕੋਲ ਜਾਣ ਤੋਂ ਪਹਿਲਾਂ ਹੀ ਮੈਨੂੰ ਜਿਹੜੇ ਇੱਥੇ ਅਫਸਰ ਸੀਗੇ SDM ਅਤੇ ਤਹਿਸੀਲਦਾਰ, ਉਹ ਕਹਿੰਦੇ ਵੀ ਇਹ ਜਿਹੜੀ ਹੈ ਜੀ ਜ਼ਮੀਨ ਹੁਣ ਤੁਹਾਨੂੰ ਨਹੀਂ ਮਿਲਣੀ ਹੈਗੀ, ਇਹ ਤਾਂ ਹੁਣ ਉਹ ਮੁੱਖ ਮੰਤਰੀ ਉਹਨਾਂ ਨੂੰ ਅਸੀਂ ਜਿਹੜੇ ਨੇ MLA ਠੇਕੇ 'ਤੇ ਦੇਣੀ ਹੈ,
ਤੇ ਤੁਸੀਂ ਜਿਹੜਾ ਕੋਈ ਮਾੜਾ ਮੋਟਾ ਲੈਣਾ ਲੈ ਕੇ ਆਪਣੇ ਜਾਓ ਜੀ। ਫਿਰ ਇਹ ਧਮਕੀਆਂ ਕਰਨੈਲ ਸਿੰਘ ਵੱਲੋਂ, ਇਹਦਾ ਸਾਢੂ ਇੱਕ ਸੁਖਵਿੰਦਰ ਸਿੰਘ ਛਿੰਦਾ, ਉਹਦੇ ਵੱਲੋਂ ਸਾਨੂੰ ਇੱਥੇ ਬਹੁਤ ਔਖਾ। ਮੈਂ ਤਾਂ ਮਾਛੀਵਾੜਾ ਸਾਹਿਬ ਤੋਂ ਆਉਣਾ ਜੀ, ਕਿਸੇ ਨੂੰ ਜਾਣਦਾ ਨਹੀਂ ਸੀ, ਪਰ ਇੱਥੇ ਮੈਂ ਸੱਚੀ ਗੱਲ ਇਹ ਨਾ ਹੋਵੇ ਕਿ ਮੈਂ ਨਾਂ ਲੈ ਰਿਹਾ, ਪਰ ਪਹਿਲਾਂ ਤਾਂ ਪਤਾ ਨਹੀਂ, ਲੇਕਿਨ ਜਿੱਦਣ ਤੋਂ ਮੈਂ ਇੱਥੇ ਆਇਆ ਮੈਂ ਜ਼ਰੂਰ ਇਹ ਕਹਿਣਾ ਚਾਹੂੰਗੀ, ਇੱਕ ਤਾਂ ਜਿਹੜੇ ਨਾਇਬ ਤਹਿਸੀਲਦਾਰ ਚੰਨੀ ਸਾਹਿਬ ਸੀਗੇ ਉਹਨਾਂ ਨੇ ਬਹੁਤ ਮਦਦ ਕੀਤੀ ਹੈ, ਕਿ ਇਸ ਪਿੰਡ ਦੇ ਜਿਹੜੇ ਬੰਦੇ ਸੀਗੇ ਉਹਨਾਂ ਬੰਦਿਆਂ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੁਛ ਨਹੀਂ, ਅੱਜ ਇਹ ਖੜ੍ਹੇ ਨੇ ਜਸਵਿੰਦਰ ਹੁਰੀ ਵੀ, ਸਾਹਿਬ ਸਿੰਘ ਹੁਰੀ ਵੀ, ਅਤੇ ਖਾਸ ਤੌਰ 'ਤੇ ਗੁਰਜੰਟ ਸਿੰਘ ਬਰਾੜ ਅਤੇ ਜਿਹੜੇ ਗੁਰਦੀਪ ਸਿੰਘ ਜਿਨ੍ਹਾਂ ਦੇ ਘਰੋਂ ਆਏ ਹਾਂ, ਉਹਨਾਂ ਨੇ ਬਹੁਤ ਮਦਦ ਕੀਤੀ।